ਅੱਜ ਲੱਗਿਆ ਅੱਜ ਵੀ ਮੈਂ ਦੇਖੋ ਪਹਿਲੀ ਗੱਲ ਤੁਹਾਨੂੰ ਅਪਰੀਸ਼ੀਏਟ ਇਹ ਗੱਲ ਕਰਨੀ ਚਾਹੀਦੀ ਕਿ ਕੇਜਰੀਵਾਲ ਸਾਹਿਬ ਨੂੰ ਤਿੰਨ ਵਾਰੀ ਸਮਨ ਹੋ ਗਏ ਈਡੀ ਹੁਣ ਉਹਨਾਂ ਨੂੰ ਕੋਈ ਨਾ ਕੋਈ ਲੁਕਾਉਣ ਨੂੰ ਆ ਡਰ ਹੈ ਤਦੇ ਉਹ ਈਡੀ ਅੱਗੇ ਪੇਸ਼ ਨਹੀਂ ਹੁੰਦੇ ਪੰਜਾਬ ਪੁਲਿਸ ਦੀ ਪ੍ਰੋਟੈਕਸ਼ਨ ਹੇਠ ਤਾਂ ਉਹਨਾਂ ਨੂੰ ਹੁਸ਼ਿਆਰਪੁਰ ਲੁਕੋ ਕੇ ਰੱਖਿਆ ਮਗਰ ਚਲੋ ਮੈਂ ਕੇਜਰੀਵਾਲ ਸਾਹਿਬ ਨੂੰ ਆਪਦੇ ਵੱਡੇ ਵੀਰ ਨੂੰ ਇਹ ਕਹਿਣਾ ਚਾਹੁੰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਜਿੱਥੇ ਲੋੜ ਪਊ ਮੈਂ ਨਾਲ ਜਾਣ ਨੂੰ ਤਿਆਰ ਮਗਰ ਕਾਨੂੰਨ ਇਸ ਫਾਰ ਐਵਰੀਬਡੀ ਇਹ ਨਹੀਂ ਕਿ ਕਿਉਂਕਿ ਪੰਜਾਬ ਪੁਲਿਸ ਮੇਰੇ ਨਾਲ ਉਹ ਕੁਛ ਕਰ ਰਹੀ ਹੈ ਮੇਰੇ ਜਿਹੜੇ ਹਾਈਕੋਰਟ ਦੇ ਆਨਰੇਬਲ ਹਾਈਕੋਰਟ ਦੇ ਆਰਡਰ ਸਨ 10/8/22 ਦੇ ਉਹ ਕਿੱਥੇ ਨਹੀਂ ਇਹ ਗੱਲ ਕਹਿੰਦੇ ਕਿ ਮੈਨੂੰ ਕਿਸੇ ਸਿੱਟ ਅੱਗੇ ਜਾ ਕੇ ਪੇਸ਼ ਹੋਣ ਦੀ ਲੋੜ ਹੈ ਮਗਰ ਕਿਉਂਕਿ ਮੈਂ ਲੋਅ ਅਬਾਈਡਿੰਗ ਸਿਟੀਜ਼ਨ ਹਾਂ ਮੈਂ ਚਾਹੁੰਦਾ ਸੱਚਾਈ ਸਾਹਮਣੇ ਆਵੇ ਮੈਂ ਅੱਜ 5ਵੀਂ ਵਾਰੀ ਪੇਸ਼ ਹੋਇਆ ਔਰ ਜਦਕਿ ਇਹ ਚਰਚਾਵਾਂ ਬੜੀਆਂ ਗਰਮ ਸੀ ਕਿ ਹੁਣ ਪੁਰਾਣੇ ਕੇਸ 'ਚ ਤਾਂ ਕੁਛ ਬਣ ਨਹੀਂ ਰਿਹਾ ਨਵਾਂ ਦੇ ਦਿਆਂਗੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਕੇਸਾਂ ਕੂਸਾਂ ਤੋਂ ਮਜੀਠੀਆਂ ਨਹੀਂ ਡਰਨ ਵਾਲਾ ਔਰ ਜੇ ਪਾਉਣਾ ਨਾ ਤਾਂ ਜੀ ਸੱਦ ਕੇ ਪਾਇਓ ਮਗਰ ਸੀਐਮ ਸਾਹਿਬ ਫਿਰ ਇਸ ਗੱਲ ਨੂੰ ਓਨ ਕਰਿਓ ਕਿ ਮੇਰੇ ਆਰਡਰ 'ਤੇ ਕੇਸ ਪਿਆ ਅਤੇ ਮੈਂ ਆਪ ਚੱਲ ਕੇ ਆਊਂ ਸੀਐਮ ਹਾਊਸ ਅਤੇ ਮੈਨੂੰ ਜਿੱਥੇ ਭੇਜਣਾ ਗੱਡੀ 'ਚ ਬਿਠਾ ਕੇ ਭੇਜ ਦੇ ਨਾ ਮੈਂ ਤੇਰੇ ਇਹਨਾਂ ਧਮਕੀਆਂ ਤੋਂ ਨਾ ਮੈਂ ਪਰਵਾਹ ਕੀਤੀ ਨਾ ਮੈਂ ਕਰਾਂ ਲੜਾਈ ਲੜਨੀ ਗੁਰੂ ਦੇ ਸਿੱਖ ਨੂੰ ਗੁਰੂ ਸਾਹਿਬਾਨਾਂ ਤੋਂ ਸਾਨੂੰ ਇਹ ਸਮੱਤ ਔਰ ਗੁੜਤੀ ਮਿਲੀ ਹੈ ਔਰ ਜਿਹੜਾ ਇਹ ਹਫ਼ਤਾ ਲੰਘਿਆ ਸ਼ਹੀਦੀ ਸਪਤਾਹ ਇਹਦੇ 'ਚ ਤਾਂ ਖਾਸ ਤੌਰ 'ਤੇ ਜਿਵੇਂ ਕਹਿ ਲੈਣਾ ਕੁੱਟ ਕੁੱਟ ਕੇ ਛੋਟੇ ਸਾਹਿਬਜ਼ਾਦਿਆਂ ਨੇ ਵੱਡਿਆਂ ਨੇ ਗੁਰੂ ਸਾਹਿਬ ਨੇ ਇਹ ਹਰ ਉਸ ਗੁਰੂ ਘਰ ਦੇ ਸਿੱਖ 'ਚ ਇਹ ਗੱਲ ਭਰ ਕੇ ਪਾ ਦਿੱਤੀ ਕਿ ਭਾਈ ਲੜਾਈ ਲੜਨੀ ਪੈਂਦੀ ਹੈ ਹੱਕ ਸੱਚ ਦੀ ਲੜਨ ਨੂੰ ਮੈਂ ਤਿਆਰ ਹਾਂ ਧੱਕੇਸ਼ਾਹੀ ਜ਼ਾਲਮ ਸਰਕਾਰ ਜਿਨ੍ਹਾਂ ਨੂੰ ਇਹ ਹੋ ਗਿਆ ਕਿ ਕੋਈ ਸਾਡੇ ਉਲਟ ਬੋਲੇ ਉਹਦੇ ਨਾਲ ਹੀ ਨਾਲ ਉਹਦੀਆਂ ਇਨਕੁਆਇਰੀਆਂ ਖੋਲ੍ਹ ਦਿਓ ਮਗਰ ਹੁਣ ਮੈਂ ਬੇਨਤੀ ਕਰੂੰਗਾ ਅੱਜ ਤਾਂ ਆ ਮੈਂ ਤੁਹਾਨੂੰ ਸਵੇਰੇ ਆਰਡਰ ਵੀ ਵਿਖਾਇਆ ਸੀਗਾ ਛੀਨਾ ਸਾਹਿਬ ਤਾਂ ਹੋ ਗਏ ਰਿਟਾਇਰ ਹੁਣ ਅਫਸਰ ਨੂੰ ਨਾ ਵਰਤੀ ਭਗਵੰਤ ਮਾਨ ਜੇ ਭਾਈ ਮਾਸਟਰ ਮਹਿੰਦਰ ਦੇ ਮੁੰਡੇ ਨੂੰ ਸਪਸ਼ਟ ਮੇਰੇ ਵੱਲੋਂ ਸੁਨੇਹਾ ਹੁਣ ਅਫਸਰ ਨਾ ਵਰਤੀ ਹੁਣ ਆਪ ਆਈ ਸਿੱਟ ਦਾ ਚੇਅਰਮੈਨ ਅਤੇ ਜਿਹੜੇ ਤੂੰ ਲਾਉਣੇ ਉਹਨਾਂ ਨੂੰ ਆਪਦੇ ਨਾਲ ਲਾ ਲਈ ਮੈਂਬਰ ਦੋ ਦੋ ਹੱਥ ਕਰ ਲਾਂਗੇ ਆਰ ਪਾਰ ਦੀ ਲੜਾਈ ਆ ਲੜਾਂਗੇ ਪੰਜਾਬ ਦੇ ਮੁੱਦੇ ਪਹਿਲਾਂ ਜੇ ਤੁਸੀਂ ਸਮਝੋ ਕਿ ਪੰਜਾਬ ਦੇ ਮੁੱਦੇ ਉਠਾਉਣ ਤੋਂ ਮੈਨੂੰ ਇਸ ਤਰ੍ਹਾਂ ਰੋਕ ਲਓਗੇ ਮੈਂ ਉੱਦਣ ਵੀ ਕਹਿ ਕੇ ਗਿਆ ਸੀ ਅੱਜ ਫਿਰ ਕਹਿੰਦਾ ਆਏ ਇੱਕ ਦੋ ਚੈਨਲ ਨਹੀਂ ਆਏ ਉਹ ਜਿਹੜੇ ਸਰਕਾਰ ਦੀ ਬਾਹਲੀ ਅੱਜ ਕੱਲ੍ਹ ਗੱਲ ਕਰਦੇ ਆ ਪ੍ਰੋ ਪੰਜਾਬ ਯਾਦਵਿੰਦਰ ਕਰਫਿਊ ਵਾਲੇ ਕਹਾਣੀਆਂ ਪਾਈ ਜਾਣ ਮਜੀਠੀਆ ਆਇਆ ਨਹੀਂ ਭਾਈ ਮਜੀਠੀਆ ਇੱਥੇ ਆ ਤੂੰ ਸੀਐਮ ਸਾਹਿਬ ਦੇ ਨਾਲ ਗੱਲ ਕਰ ਲੈਣਾ ਇਹਦਾ ਇਹ ਮਤਲਬ ਨਹੀਂ ਕਿ ਸਭ ਨੂੰ ਇੱਕ ਰੰਗ ਨਾਲ ਰੰਗ ਦੇਵੇ ਮੈਂ ਨਾਂ ਨਹੀਂ ਲੈਣਾ ਸੀਗਾ ਮਗਰ ਕਈਆਂ ਦੀ ਪੱਤਰਕਾਰੀ ਦਾ ਮਿਆਰ ਐਡਾ ਡਿੱਗ ਗਿਆ ਫੈਕਟਸ ਨਹੀਂ ਬਦਲਨੇ ਮੇਰਾ ਹਾਈ ਕੋਰਟ ਨੇ ਆਨਰੇਬਲ ਹਾਈ ਕੋਰਟ ਨੇ ਮੇਰੀ ਬੇਲ ਦੇਣ ਵੇਲੇ 10/8/22 ਨੂੰ ਦੇਖੋ ਮੈਂ ਇਹ ਗੱਲ ਬਾਰ ਬਾਰ ਰੇਜ਼ ਕਿਉਂ ਕਰ ਰਿਹਾ ਕਿਉਂਕਿ ਇਹ ਸਾਰੀ ਚੀਜ਼ਾਂ 'ਚ ਕਿਹਾ ਦੇਰ ਇਜ਼ ਨੋ ਐਵੀਡੈਂਸ ਹੀ ਇਜ਼ ਨੋਟ ਗਿਲਟੀ ਐਵੀਡੈਂਸ ਇਜ਼ ਨੋਟ ਕ੍ਰੈਡੀਬਲ ਐਵੀਡੈਂਸ ਇਜ਼ ਫਰੇਲ ਇਹ ਸਾਰੀ ਗੱਲਾਂ ਆਨਰੇਬਲ ਹਾਈ ਕੋਰਟ ਨੇ ਕਹੀਆਂ ਮਗਰ ਮੈਂ ਨਾ ਮਾਨੂੰ ਡੇਢ ਸਾਲ ਮੈਨੂੰ ਸੱਦਿਆ ਨਹੀਂ ਮਈ 'ਚ ਛੀਨਾ ਸਾਹਿਬ ਐਸ ਆਈ ਟੀ ਦੇ ਹੈੱਡ ਬਣਦੇ ਆ ਮੈਨੂੰ ਸੱਦਦੇ ਜਾ ਕੇ ਡਿਸੰਬਰ 'ਚ 8 ਮਹੀਨੇ ਉਹਨਾਂ ਨੇ ਨਹੀਂ ਸੱਦਿਆ ਔਰ ਸੱਦਿਆ ਉਦੋਂ ਜਦੋਂ 9 ਨੂੰ ਮੈਂ ਬਿਆਨ ਦੇ ਤਾ ਸੀਐਮ ਦੇ ਖਿਲਾਫ ਕਿਉਂਕਿ ਮੈਂ ਪੰਜਾਬ ਦੀ ਧੀ ਨਾਲ ਖਲੋ ਗਿਆ ਢਿੱਡ ਪੀੜ ਹੋ ਗਈ ਔਰ 100% ਤੁਸੀਂ ਵੇਖੋ 18 ਨੂੰ ਮੈਨੂੰ ਸੱਦਿਆ 18 'ਚ ਔਨ ਕੈਮਰਾ ਮੈਂ ਕਹਿ ਕੇ ਆਇਆ ਕਿ ਭਾਈ ਮੈਂ 27/28 ਨੂੰ ਨਹੀਂ ਅਵੇਲੇਬਲ ਹੋਣਾ ਕਿਉਂਕਿ ਸ਼ਹੀਦੀ ਦਿਹਾੜੇ ਨੇ ਸ਼ਹੀਦੀ ਸਪਤਾਹ ਫਿਰ ਤੁਸੀਂ ਮੈਨੂੰ ਉਸ ਦਿਨ ਭੇਜੋ ਮਤਲਬ ਤੁਸੀਂ ਮੇਰੀ
ਧਾਰਮਿਕ ਆਸਥਾ ਨੂੰ ਕੁਐਸਚਨ ਕਰਦੇ ਹੋ, ਤੁਸੀਂ ਇਹ ਵਿਖਾਉਣਾ ਚਾਹੁੰਦੇ ਹੋ ਮੈਨੂੰ ਇਹ ਜੀ ਮੇਰੇ ਲਈ ਗੁਰੂ ਘਰ ਰੱਬ ਦੇ ਚਰਨਾਂ ਵਿੱਚ ਧਿਆਨ ਰੱਖਣਾ ਜ਼ਰੂਰੀ ਹੈ ਕਿ ਐਸ ਆਈ ਟੀ ਅੱਗੇ ਮੈਂ ਨਹੀਂ ਆ ਸਕਿਆ, ਇੱਕ ਦਿਨ ਨਹੀਂ ਆਇਆ ਮੈਂ, ਮੈਨੂੰ ਫਿਰ ਸੱਦ ਲਿਆ ਤੀ ਨੂੰ, ਤੁਸੀਂ ਸੱਦ ਲਿਆ, ਤੁਹਾਡਾ ਅਧਿਕਾਰ ਹੈ, ਤੁਸੀਂ ਆਪਦਾ ਕੰਮ ਕਰ ਸਕਦੇ ਹੋ, ਮਗਰ ਜਿਸ ਅਫਸਰ ਨੂੰ 29 ਤਰੀਕ ਨੂੰ ਉਹਨਾਂ ਦੇ ਹੋਮ ਸੈਕਟਰੀ ਗੁਰਕੀਰਤ ਕਿਰਪਾਲ ਸਿੰਘ ਚਿੱਠੀ ਕੱਢ ਰਿਹਾ ਕਿ ਤੁਹਾਡੀ ਥੈਂਕ ਯੂ ਫੋਰ ਯੋਰ ਸਰਵਿਸ, ਤੁਸੀਂ ਹੁਣ ਰਿਟਾਇਰ ਹੋ, ਜਦ ਲਾਸਟ ਵਰਕਿੰਗ ਡੇ 'ਚ ਉਹ ਕੱਢ ਰਿਹਾ ਪ੍ਰੋਪਰਾਇਟੀ ਐਥਿਕਸ, ਜਦੋਂ ਕੋਈ ਆਨਰੇਬਲ ਜੱਜ ਕੇਸ ਸੁਣ ਰਿਹਾ ਹੁੰਦਾ ਨਾ ਤੇ ਉਹਦੀ ਬਦਲੀ ਹੋ ਜਾਂਦੀ ਆ ਜਾਂ ਉਹ ਰਿਟਾਇਰ ਹੋਣ ਲੱਗਦੇ ਆ, ਉਹ ਨਾਲ ਦੀ ਨਾਲ ਕੇਸ ਫਾਈਲ ਬੰਦ ਕਰ ਦਿੰਦੇ ਕਿ ਅਗਲਾ ਕਰ ਲੂ, ਮਗਰ ਇੱਥੇ ਤਾਂ ਹੈ ਹੀ ਕੋਈ ਨਹੀਂ, ਮਤਲਬ ਜਸਟ ਕਿ ਮਜੀਠੀਏ ਦਾ ਇਹਨੂੰ ਤੰਗ ਪਰੇਸ਼ਾਨ ਕਰਨਾ ਔਰ ਉਹ ਆਰਡਰ ਕਿਹਦੇ, ਮੈਂ ਸਮਝਦਾ ਚੀਨਾ ਸਾਹਿਬ ਦੀ ਮਜਬੂਰੀ ਕੀ ਸੀ ਮੁੱਖ ਮੰਤਰੀ ਸਾਹਿਬ, ਕਿਉਂਕਿ ਚੀਨਾ ਸਾਹਿਬ ਦੀ ਆਪ ਜੀ ਇਨਕੁਆਇਰੀ ਪ੍ਰਧਾਨ ਮੰਤਰੀ ਸਿਕਿਉਰਿਟੀ ਬ੍ਰੀਚ ਦੀ ਚੱਲਦੀ, ਇਸ ਲਈ ਮੇਰਾ ਕੋਈ ਗੁੱਸਾ ਐਸ ਆਈ ਟੀ ਜਾਂ ਚੀਨਾ ਸਾਹਿਬ ਨਾਲ ਨਹੀਂ, ਮਗਰ ਜਿਹੜੇ ਜਿਹੜੇ ਅਫਸਰ ਸਰਕਾਰਾਂ ਦੇ ਹੱਥ ਠੋਕਾ ਬਣਦੇ ਆ ਉਹਨਾਂ ਨੂੰ ਫਿਰ ਭੁਗਤਣੀ ਪੈਂਦੀ, ਚੱਟੋਪਾਧਿਆ ਸਾਹਿਬ ਅੱਜ ਭੁਗਤ ਹੀ ਰਹੇ ਨਾ, ਮਤਲਬ ਸਰਵਿਸ ਤੋਂ ਬਾਅਦ ਹੀ ਇਸ ਬੀਨ ਆਨਰੇਬਲ ਸੁਪਰੀਮ ਕੋਰਟ ਨੇ ਇਹ ਜਸਟਿਸ ਇੰਦੂ ਮਲਹੋਤਰਾ ਜੀ ਦੀ ਕਮੇਟੀ ਨੇ ਉਹਨਾਂ ਨੂੰ ਚਾਰਜਸ਼ੀਟ ਕਰਤਾ ਮੇਜਰ ਪੈਨਲਟੀ, ਮਤਲਬ ਹੀ ਵਿਲ ਬੀ ਨੋਟ ਸਰਵਿਸ ਦੇ ਕੋਈ ਬੈਨੀਫਿਟ ਨਹੀਂ ਮਿਲਣਗੇ, ਤੇ ਕੀ ਫਾਇਦਾ ਇਹੋ ਜਿਹੀ ਗੱਲ ਦਾ, ਇਸ ਲਈ ਅਫਸਰ ਨੂੰ ਭਗਵੰਤ ਮਾਨ ਸਾਹਿਬ ਯੂਜ ਕਰਨਾ ਬੰਦ ਕਰਨ, ਆਪ ਹੀ ਆ ਜਾਣ, ਤੂੰ ਜਿਹੜੇ ਦੋ ਦੋ ਸਵਾਲ ਕਰਨੇ ਤੂੰ ਕਰ ਲਈ, ਦੋ ਦੋ ਹੱਥ ਜਿਹੜੇ ਮੈਂ ਕਰ ਲੂ, ਕੀ ਰੱਖਿਆ ਇਸ ਕੰਮ 'ਚ, ਪਰਿਵਾਰ ਨੇ ਤੁਹਾਡੇ ਤੱਕ ਅਪਰੋਚ ਕੀਤਾ ਸੀਗਾ ਜਦੋਂ ਤੁਸੀਂ ਬੇਟੀ ਦੀ ਵੀਡੀਓ ਸਾਂਝੀ ਕੀਤੀ ਸੀ, ਉਸ ਤੋਂ ਬਾਅਦ 10 ਦਿਨਾਂ ਦੇ ਅੰਦਰ 3 ਵਾਰ ਸੰਮਨ ਕੀਤਾ ਐਸ ਆਈ ਟੀ ਨੇ, ਤਾਂ ਲੱਗਦਾ ਕਿ ਉੱਤੇ ਕਿਉਂਕਿ ਕਲੈਰੀਫਿਕੇਸ਼ਨ ਹਲੇ ਤੱਕ ਮੁੱਖ ਮੰਤਰੀ ਦਾ ਕੋਈ ਨਹੀਂ ਹੈ ਜੋ ਬੇਟੀ ਦੀ ਵੀਡੀਓ ਸੀ। ਦੇਖੋ ਮੈਂ ਨਾ ਜੀ ਧੀਆਂ ਭੈਣਾਂ ਸਾਂਝੀਆਂ, ਮੈਂ ਇਸ ਮਸਲੇ 'ਚ ਆਪਦੀ ਜਿਹੜੀ ਗੱਲ ਰੱਖਣੀ ਸੀ ਮੈਂ ਤੁਹਾਨੂੰ ਕਹਿਤੀ ਹੈ, ਸਿਰਫ ਇਹ ਆਪੋਜੀਸ਼ਨ ਨੂੰ ਕਿ ਪੰਜਾਬ ਦੇ ਖੇਤ ਮਜ਼ਦੂਰ ਦੀ, ਪੰਜਾਬ ਦੇ ਕਿਸਾਨ ਦੀ, ਪੰਜਾਬ ਦੀ ਇੰਡਸਟਰੀ ਦੀ, ਪੰਜਾਬ ਦੇ ਵਪਾਰੀ ਦੀ, ਪੰਜਾਬ ਦੇ ਲਾਅ ਐਂਡ ਆਰਡਰ ਹਾਲਾਤ ਦੀ, ਮੁਲਾਜ਼ਮ ਦੀ ਜਿਨ੍ਹਾਂ ਨੂੰ TADA ਬੈਨੀਫਿਟ ਨਹੀਂ ਮਿਲੇ, ਜਿਨ੍ਹਾਂ ਨੂੰ ਕੱਚਿਆਂ ਤੋਂ ਪੱਕੇ ਨਹੀਂ ਕੀਤਾ 1158 ਮੁਲਾਜ਼ਮ, ਸੀਪੀ ਸ਼ਰਮਾ 646, ਇਹੋ ਜਿਹੇ ਮੁੱਦੇ ਨਾ ਉਠਾਓ ਕੋਈ, ਸਾਰੇ ਕਹਿਣ ਸਰਕਾਰ ਇਜ਼ ਬਹੁਤ ਚੰਗਾ ਕੰਮ ਕਰ ਰਹੀ ਹੈ, ਅਤੇ ਸਵੇਰੇ ਉਹਨਾਂ ਨੂੰ ਕਈ ਆਪੋਜੀਸ਼ਨ ਦੇ ਲੀਡਰਾਂ ਨੂੰ ਜਿਹੜੇ ਰਾਤ ਦੇ ਹਨੇਰੇ ਜਾ ਕੇ ਮਿਲਦੇ ਆ CM ਸਾਹਿਬ ਨੂੰ, ਉਹਨਾਂ ਦੀ ਕੋਈ ਇਨਕੁਆਇਰੀ ਨਹੀਂ, ਜਿਹੜਾ ਸਵਾਲ ਕਰੂ ਉਹਨੂੰ ਸਵੇਰ ਤੋਂ ਤੰਗ ਪਰੇਸ਼ਾਨ, ਇਸ ਲਈ ਜ਼ਾਲਮ ਸਰਕਾਰਾਂ ਜ਼ਾਲਮ ਹੁਕਮਰਾਨ ਵੈਂਡੈਟਾ ਕਰਦੇ ਆ, ਜੀ ਸੱਦ ਕੇ ਕਰ ਲੈਣ, ਕੇਜਰੀਵਾਲ ਅਤੇ ਮੇਰੇ 'ਚ ਫਰਕ ਤੁਸੀਂ ਵੇਖ ਹੀ ਲਿਆ, ਬਾਊ ਜੀ ਨੂੰ ਹੁਸ਼ਿਆਰਪੁਰ ਲੁਕੋਇਆ ਕਰਾ ਦਿਓ, ਉਹਦੇ ਦਰਸ਼ਨ ਵਿਪਾਸ਼ਨਾ ਹਲੇ ਮੁੱਕੀ ਨਹੀਂ ਉਹਨਾਂ ਦੀ, ਦਾਸ ਨਾਲ ਜਾਊ ਜੇ ਉਹਨੂੰ ਕੋਈ ਘਬਰਾਹਟ ਹੈ ਮੈਂ ਹੱਥ ਫੜ ਕੇ ਨਾਲ ਲੈ ਕੇ ਜਾਊਂਗਾ, ਪੁੱਛ ਲਓ, ਮੇਰੀ ਬੇਨਤੀ ਹੈ ਮੈਨੂੰ ਨਾ ਪੁੱਛੋ, ਅਗਲੇ ਦੀ ਰਿਟਾਇਰਮੈਂਟ ਪਾਰਟੀ ਆ ਉਹ ਆਪ ਦੱਸਣਗੇ, ਮੇਰੇ ਤੋਂ ਕਿਉਂ ਪੁੱਛਦੇ ਹੋ, ਮੈਂ ਬਾਅਦ ਚ ਦੱਸੂ। ਸਰ ਮੈਂ ਇੱਕ ਬੇਨਤੀ ਕਰਾਂ ਜੀ, ਸ਼ਾਇਦ ਪਹਿਲਾਂ ਹੀ ਸ਼ਖਸ ਹੋਣਾ ਜੀ, ਤੇ DGP ਸਾਹਿਬ ਨੇ ਪਰਚਾ ਦਿੱਤਾ, DGP ਸਾਹਿਬ ਪਰਚਾ ਦਿੰਦੇ ਆ ਲਿਖਦੇ ਆ ਫੋਰ ਨੈਸਰੀ ਐਕਸ਼ਨ, ਮੇਰੇ 'ਚ ਤਾਂ ਧਾਰਾ ਹੀ ਲਾਤੀ ਪਿਓ ਦੇ ਪੁੱਤ ਨੂੰ, ਤੁਸੀਂ ਇੰਡੀਆ ਦਾ ਰਿਕਾਰਡ ਕੱਢਿਓ ਕਿ ਕਿੰਨੇ DGP ਇਹੋ ਜਿਹੇ ਨੇ ਜਿਨ੍ਹਾਂ ਨੇ ਧਾਰਾਵਾਂ ਲਾਤੀਆਂ ਹੋਣ, ਕਿਉਂਕਿ ਉਹਨੂੰ ਪਤਾ ਸੀ ਹੋਰ ਕਿਸੇ ਅਫਸਰ ਨੇ ਜਿਹਨੂੰ ਕਾਨੂੰਨ ਦਾ ਡਰ ਹੈ
ਜਿਹਨੂੰ ਕਾਨੂੰਨ ਦਾ ਭੈ ਹੈ, ਜਿਹਨੇ ਵਰਦੀ ਦੀ ਸਹੁੰ ਖਾਧੀ ਉਹ ਗਲਤ ਕੰਮ ਨਹੀਂ ਕਰੂਗਾ। ਔਰ ਚੱਟੋਪਾਧਿਆਇ ਸਾਹਿਬ ਤਦੇ 20 ਦਿਨ ਦੇ DGP ਰਹੇ, ਤਦੇ ਉਹਨਾਂ ਨੂੰ ਸੁਪਰੀਮ ਕੋਰਟ ਨੇ ਉਹਨਾਂ ਨੂੰ ਅਨਫਿਟ ਪਾਇਆ DGP ਲੱਗਣ ਲਈ, ਤਦੇ UPSC ਨੇ ਉਹਨਾਂ ਦੇ ਖਿਲਾਫ ਡਾਇਰੈਕਸ਼ਨ ਦੀ, ਔਰ ਤਦੇ ਅਖੀਰ 'ਚ ਰੱਬ ਦੇ ਰੰਗ ਨੇ ਕਿ ਉਹ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬ੍ਰੀਚ 'ਚ ਮੇਜਰ ਪੈਨਲਟੀ ਲਈ ਆਨਰੇਬਲ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਵੱਲੋਂ ਚਾਰਜਸ਼ੀਟ ਹੋ ਗਏ। ਸੋ ਇੱਕ ਬੰਦਾ ਉਹ ਜਿਹੜਾ PO ਨਾਲ ਗੱਲ ਕਰੇ, ਜਿਹੜਾ PO ਨੂੰ ਰੋਟੀਆਂ ਖਵਾਵੇ, ਉਹ ਤਾਂ ਠੀਕ, ਮਗਰ ਜਿਹੜਾ ਸੱਚ ਦਾ ਸਾਥ ਦੇਣ ਵਾਲੇ ਉਹਦੀ ਗੱਲ ਨਹੀਂ ਕੁਝ ਸੱਚ ਸੁਣਦਾ। ਮਗਰ ਚਲੋ ਦੇਰ ਆ ਦੇਰ ਨਹੀਂ, ਔਰ ਇਹੀ ਕਾਰਨ ਹੋਇਆ ਕਿ ਅੱਜ ਚੱਟੋਪਾਧਿਆਇ 30-40 ਸਾਲ ਸਰਵਿਸ ਕਰਨ ਤੋਂ ਬਾਅਦ ਕੀ ਮੂੰਹ ਵਿਖਾਊ, ਇਸ ਮੇਜਰ ਪੈਨਲਟੀ ਲਈ ਚਾਰਜ ਸ਼ੀਟਡ ਫੋਰ ਦਾ ਗਰੇਵੈਸਟ ਆਫ ਕ੍ਰਾਈਮਸ। ਸੋ ਮੈਂ ਅੱਜ ਫੇਰ ਬੇਨਤੀ ਕਰਦਾ ਕਿ ਕਾਨੂੰਨ, ਆਈ ਐਮ ਨੋਟ ਅਬਵ ਲਾਅ, ਅਸੀਂ ਸਾਰੇ ਕਾਨੂੰਨ ਦੇ ਥੱਲੇ ਹਾਂ, ਮਗਰ ਮੇਰੇ ਵੀਰੋ ਇਹ 7 ਤੋਂ 12 ਦਾ ਕੇਸ, 13 ਦੀ ਗੱਲ, ਮਤਲਬ ਇਹਦਾ ਨਿਚੋੜ 11 ਸਾਲ ਹੋ ਗਏ, ਮਤਲਬ ਕਿਹੜਾ ਨਿਚੋੜ ਕੱਢਣਾ। ਮੈਂ ਹੀ ਇਹਨਾਂ ਨੂੰ ਪੁੱਛ ਰਿਹਾ ਸੀ, ਮੈਂ ਤੁਸੀਂ ਮੇਰੇ 'ਤੇ NDPS ਲਾ ਤੀ, ਜੱਜ ਸਾਹਿਬ ਨੇ ਵੀ, ਆਨਰੇਬਲ ਕੋਰਟ ਨੇ ਵੀ ਪੁੱਛਿਆ ਕਿ ਕਿੱਥੇ ਆ ਬਾਈ ਉਹ ਰਿਕਵਰੀ ਕਿੱਥੇ ਆ। ਮੈਂ ਕਿਹਾ ਹੁਣ 13 ਦੀ ਰਿਕਵਰੀ ਕਿਵੇਂ ਪਾਉਣੀ ਹੈ ਮੇਰੇ 'ਤੇ, ਮੈਨੂੰ ਵੀ ਸਮਝਾ ਦਿਓ, ਕਿਉਂਕਿ ਕੀ ਪਤਾ ਹੁਣ ਜਿਹੜਾ ਸਰਕਾਰ ਦਾ ਇਹਨਾਂ ਹੱਥ ਠੋਕਾ ਬਣੀ ਉਹ ਕੋਈ ਨਵਾਂ ਤਰੀਕਾ ਵੀ, ਫਾਰਮੂਲਾ ਵੀ ਲੱਭ ਲੈਣ ਕਿਵੇਂ ਪਾਉਣੀ ਹੈ ਮਗਰ ਜਾ ਕੇ। ਹਾਂਜੀ ਦੇਖੋ, ਮੈਂ ਇਹ ਗੱਲ ਕਹੀ, ਮੈਂ ਕਿਹਾ ਇਹ 11 ਸਾਲ, ਮੈਂ ਬਾਰ ਬਾਰ ਕਹਿੰਦਾ, ਮੈਂ ਅਵਕਾਰ ਸਿੰਘ ਸੰਧੂ ਸਾਹਿਬ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸੱਚਾਈ ਦਾ ਸਾਥ ਦੇਣ ਦਾ ਫੈਸਲਾ ਕੀਤਾ। ਦੇਖੋ ਇਹ ਉਹਨਾਂ ਦੇ ਦਿਲ 'ਚ ਕੋਈ ਰੱਬ ਵੱਲੋਂ ਰਹਿਮ ਪਈ, ਇਨਸਾਨੀਅਤ ਉਹਨਾਂ ਨੇ ਵਿਖਾਈ, ਨਹੀਂ ਤਾਂ ਉਹਨਾਂ ਨੂੰ ਤਾਂ ਸਟੇਟਮੈਂਟ ਬਣਾ ਕੇ ਭੇਜਤੀ ਗਈ ਸੀ ਕਿ ਘੁੱਗੀ ਮਾਰ ਕੇ ਦੇ ਦਿਓ। ਮਤਲਬ ਹੁਣ ਉਹ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਝੂਠਾ ਕੰਮ ਨਹੀਂ ਕਰਨਾ, ਉਹ ਮੈਂ ਇਹਨਾਂ ਨੂੰ ਇਹ ਪੁੱਛਿਆ, ਮੈਂ ਕਿਹਾ ਉਹਦਾ ਨਾਂ ਕਿੱਥੇ ਆਇਆ ਅਵਕਾਰ ਸੰਧੂ ਦਾ, ਕਿਸੇ ਕੋਰਟ ਦੀ ਡਾਇਰੀ 'ਚ, ਕਿਸੇ ਕੇਸ ਦੀ ਡਾਇਰੀ 'ਚ, ਜਾਂ ਕਿਸੇ ਕੋਰਟ 'ਚ ਕਦੇ ਉਹਦਾ ਨਾਂ ਆਇਆ ਨਹੀਂ, ਤੁਸੀਂ ਚੱਕ ਕੇ ਬਣਾਤਾ। ਮਤਲਬ ਕਿ ਤੁਸੀਂ ਇੱਕ ਰੋਵਿੰਗ ਇਨਕੁਆਇਰੀ ਕਰਦੇ ਹੋ, ਫਿਸ਼ਿੰਗ, ਕਿ ਕੁਛ ਤਾਂ ਲੱਭਦਾ ਨਹੀਂ ਚੰਗਾ ਇਹਦੇ ਨੂੰ ਚੁਰਪਾ। ਉਹਦਾ ਬਿਆਨ ਲੈ ਕੇ ਮੈਨੂੰ 10 ਦਿਨ ਪੁੱਛੀ ਜਾਣਾ ਸੀ। ਹੁਣ ਮੈਂ ਕੀ ਕਹਿਣਾ ਸੀ, ਜਦ ਬਿਆਨ ਝੂਠੇ ਤਾਂ ਮੈਂ ਝੂਠੀ ਕਹਿਣਾ ਸੀ, ਤੁਸੀਂ ਮੀਡੀਆ ਵਾਲਿਆਂ ਨੂੰ ਕੰਮ ਮਿਲ ਜਾਣਾ ਸੀ, ਲੋ ਫਲਾਉਣੇ ਨੇ ਐ ਬੋਲਤਾ ਜੀ, ਢੀਂਗੜੇ ਨੇ ਐ ਬੋਲਤਾ, ਉਹਨੂੰ ਉਹਦਾ ਜਵਾਬ ਕੀ ਆ ਮੇਰੇ ਕੋਲ। ਮਗਰ ਉਹ 12-13 ਸਾਲ ਬਾਅਦ ਨਵਾਂ ਬਿਆਨ 'ਚ ਮੈਂ ਇਹਨਾਂ ਨੂੰ ਇਹੀ ਬੇਨਤੀ ਕੀਤੀ ਕਿ ਭਾਈ ਡੂ ਦਾ ਰਾਈਟ ਥਿੰਗ, ਔਰ ਮੈਨੂੰ ਆਸ ਉਮੀਦ ਹੈ ਕਿ ਕਈ ਸਿੱਟ ਦੇ ਮੈਂਬਰ ਕਾਨੂੰਨ ਦਾ ਸਤਿਕਾਰ ਕਰਦੇ ਆ, ਇਨਸਾਨੀਅਤ ਉਹਨਾਂ ਦੇ ਦਿਲ ਹਿਰਦੇ 'ਚ ਆ, ਸੱਚ ਦਾ ਸੱਚ ਕੰਮ ਕਰਨਗੇ। ਨੋ ਮੈਂ ਫਿਰ ਕਹਿ ਦਿਆਂ, ਸੱਚ ਇਹ ਨਹੀਂ ਕਿ ਮੈਂ ਅਬਵ ਲਾਅ ਹਾਂ, ਮਗਰ ਜੋ ਕੋਰਟ 'ਚ ਇੰਨਾ 10-11 ਸਾਲ ਬੀਤ ਗਏ, ਇੰਨਾ ਕੁਛ ਕੋਰਟ 'ਚ ਆ ਗਿਆ, ਹੁਣ ਗੱਲ ਤਾਂ ਪੁਰਾਣੀ ਹੋ ਰਹੀ ਹੈ, ਨਵੀਂ ਤਾਂ ਹੋ ਨਹੀਂ ਰਹੀ, ਅਤੇ ਮੈਨੂਫੈਕਚਰ ਕਿੱਥੋਂ ਹੋ ਜਾਣੀ ਹੈ। ਦੇਖੋ ਜੀ, ਮੈਂ ਬੜਾ ਕਲੀਅਰ ਹਾਂ ਕਿ ਜੋ ਅਮਿਤ ਸ਼ਾਹ ਜੀ ਨੇ ਐਜ ਹੋਮ ਮਿਨਿਸਟਰ ਜਵਾਬ ਦਿੱਤਾ ਹੈ ਪਾਰਲੀਮੈਂਟ 'ਚ, ਉਹ ਬੜਾ ਹੀ ਅਨਫੋਰਚੁਨੇਟ ਹੈ ਅਤੇ ਮੈਂ ਉਸਨੂੰ ਕੰਡੈਮ ਕਰਦਾ। ਗੁਰੂ ਦਾ ਸਿੱਖ, ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਕਿ ਰਾਜੋਆਣਾ ਸਾਹਿਬ ਨੇ ਜੋ ਕੀਤਾ ਉਹ ਕੀਤਾ, ਜਿਸ ਤਰੀਕੇ ਦੀ ਨਸਲਕੁਸ਼ੀ ਦਿੱਲੀ 'ਚ ਹੋਈ, ਜਿਸ ਤਰੀਕੇ ਦੀ ਨਸਲਕੁਸ਼ੀ ਬੇਅੰਤ ਸਿੰਘ ਦੇ ਰਾਜ 'ਚ ਹੋਈ, ਔਰ ਜੋ ਸ੍ਰੀ ਅਕਾਲ ਤਖਤ ਸਾਹਿਬ 'ਤੇ ਅਟੈਕ ਕੀਤਾ, ਜੋ ਹਾਲਾਤ ਪੰਜਾਬ 'ਤੇ ਬਣਾਏ ਗਏ, ਹਜ਼ਾਰਾਂ ਬੇਕਸੂਰਾਂ ਨੂੰ ਮੌਤ ਦੇ ਘਾਟ 'ਚ ਉਤਾਰਤਾ, ਅੱਜ ਤੱਕ ਉਹਦਾ ਇਨਸਾਫ ਕੋਈ ਨਹੀਂ। ਇਹ ਉਹ ਹਾਲਾਤ ਇਹੋ ਜਿਹੇ ਸਨ ਕਿ ਉਹਨਾਂ ਨੇ ਕੋਈ ਕਦਮ ਚੁੱਕਿਆ, ਮਗਰ ਜੇ ਉਹਨਾਂ ਨੇ ਕਦਮ ਚੁੱਕਿਆ ਕੋਈ, ਉਹਦੇ ਲਈ ਸਜ਼ਾ ਹੁੰਦੀ ਹੈ, ਔਰ ਉਹ 14 ਸਾਲ ਸੀ।
27 ਸਾਲ ਹੋ ਗਏ। ਰਾਜੋਆਣਾ ਸਾਹਿਬ ਆਪ ਕਹਿੰਦੇ ਆ ਕਿ ਮੈਨੂੰ ਫਾਂਸੀ ਲਾਉਣੀ ਆ, ਫਾਂਸੀ ਲਾ ਦਿਓ, ਜੇ ਮੈਨੂੰ 27 ਸਾਲ ਹੋ ਗਏ ਜਾਂ ਤਾਂ ਮੈਨੂੰ ਛੱਡ ਦਿਓ, ਮਗਰ ਕਿਸੇ ਬੰਨੇ ਲਾਓ। ਔਰ ਆਪ ਹੀ ਹੋਮ ਮਿਨਿਸਟਰ ਸਾਹਿਬ ਭੁੱਲ ਗਏ, ਕਿਉਂਕਿ ਮੈਨੂੰ ਲੱਗਦਾ ਜਿੱਥੇ ਗੱਲ ਪੰਜਾਬ ਦੀ ਆਉਂਦੀ ਹੈ ਉਦੋਂ ਕਾਨੂੰਨ ਵੱਖਰੇ ਹੋ ਜਾਂਦੇ। ਭੁੱਲ ਗਏ ਕਿ ਜਦੋਂ 550 ਸਾਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਮਨਾਇਆ ਸੀ, ਉਸ ਪ੍ਰਧਾਨ ਮੰਤਰੀ ਸਾਹਿਬ ਦੀ 9ਵੇਂ ਨੰਬਰ 'ਤੇ ਉਹਨਾਂ ਦੀ ਸਜ਼ਾਏ ਮੌਤ ਨੂੰ ਉਮਰ ਕੈਦ 'ਚ ਬਦਲਣ ਦੀ ਸਰਕਾਰ ਦਾ ਫੈਸਲਾ ਸੀ। ਸੋ ਉਹਨਾਂ ਦੇ ਅਫਸਰਾਂ ਨੇ ਉਹਨਾਂ ਨੂੰ ਮੈਂ ਸਮਝਦਾ ਮਿਸਗਾਈਡ ਕਰਤਾ। ਐਜ਼ ਪੰਜਾਬੀ, ਜਿਹੜਾ ਸਭ ਤੋਂ ਪੈਟਰੀਆਟਿਕ ਕੌਮ ਹੈ, ਐਜ਼ ਪੰਜਾਬੀ ਅਸੀਂ ਮਾਫ਼ੀ ਮੰਗਦੇ ਹਾਂ ਉਹਨਾਂ ਦੀ। ਮਾਫ਼ੀ ਕਾਹਦੀ ਹੈ ਕਿ ਨਹੀਂ ਉਹਨਾਂ ਨੂੰ ਇਹ ਫਾਂਸੀ ਲੱਗਣੀ ਚਾਹੀਦੀ। ਔਰ ਇਹ ਮੈਟਰ ਆਫ ਰਿਕਾਰਡ ਹੈ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਹੋਈ ਸੰਸਥਾ ਹੈ, ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ। ਜਦ ਉਹਨਾਂ ਨੇ ਗੱਲ ਰੱਖਤੀ ਤੇ ਇਸ ਤੋਂ ਉੱਤੇ ਤਾਂ ਕੋਈ ਚੀਜ਼ ਨਹੀਂ ਰਹਿ ਗਈ। ਉਹਦਾ ਨਾ ਇਲਾਜ ਕਰਾ ਦੋ ਪਹਿਲਾਂ, ਉਹ ਤਾਂ ਬਹੁਤ ਕੁਝ ਬੋਲ ਜਾਂਦਾ, ਆਪਣੀਆਂ ਟਪਲੀਆਂ ਮਾਰੀ ਜਾਂਦਾ, ਉਹਦੇ ਨੇ ਪਰਵਾਹ ਕਰਿਆ ਕਰੋ। ਉਹਨੂੰ ਇਹ ਗੱਲ ਪੁੱਛੀ ਕਿ ਅੱਜ ਤਾਂ ਤੈਨੂੰ ਬਾਦਲ ਸਾਹਿਬ ਤੇ ਇੰਨਾ ਨੁਕਸ ਲੱਭੀ ਜਾਂਦਾ, ਉਹਦਾ ਆ ਕੇ ਚਰਨਾਂ 'ਚ ਬੈਠਿਆ ਰਹਿੰਦਾ ਸੀਗਾ, ਬਾਪੂ ਜੀ ਬਾਪੂ ਜੀ ਬਾਪੂ ਜੀ। ਇਸ ਲਈ ਰਹਿਣ ਦੇ ਭਾਊ, ਉਹਦੀਆਂ ਗੱਲਾਂ, ਉਹ ਥੋੜਾ ਉਹਦਾ ਤਾਂ ਸਰਕਾਰੀ ਬੰਦਾ ਹੈ, ਜਿਹਦੀ ਸਰਕਾਰ ਉਹਦਾ ਬਾਪੂ। ਅੱਜ ਕੱਲ੍ਹ ਉਹਨੇ ਭਗਵੰਤ ਮਾਨ ਨੂੰ ਬਾਪੂ ਬਣਾ ਲਿਆ, ਪਹਿਲਾਂ ਕੈਪਟਨ ਸਾਹਿਬ ਨੂੰ ਬਣਾ ਲਿਆ ਸੀ, ਉਹ ਤੋਂ ਪਹਿਲਾਂ ਸਾਡਾ ਬਾਪੂ ਉਹਦਾ ਬਾਪੂ ਬਣ ਗਿਆ। ਇਸ ਲਈ ਉਹਦੀਆਂ ਗੱਲਾਂ ਛੱਡੋ, ਕੋਈ ਕੰਮ ਦੀ ਗੱਲ ਕਰੋ। ਸਭ ਕੁਝ ਕਰਾਂਗੇ, ਤੁਹਾਨੂੰ ਸਮੇਂ ਨਾਲ ਦੱਸਾਂਗੇ। ਮਜੀਠੀਆ ਸਾਹਿਬ ਪਹਿਲਾਂ 7 ਘੰਟੇ ਪੁੱਛਗਿੱਛ, ਅੱਜ ਵੀ 4 ਤੋਂ 5 ਘੰਟੇ ਦਾ ਸਮਾਂ। ਚਲੋ ਇਸੇ ਬਹਾਨੇ ਮੇਰਾ ਵੀ ਲੱਗਦਾ, ਨਹੀਂ ਨਹੀਂ ਇਹਨਾਂ ਦੀ ਤਾਂ ਭਾਵੇਂ ਹੋ ਜਾਏ ਐਸ ਆਈ ਟੀ ਦੀ ਗੱਲ, ਤਾਂ ਕਿ ਮੁੱਖ ਮੰਤਰੀ ਜਿਹੜਾ ਇਹਨਾਂ ਨੂੰ ਪਿੱਛੋਂ ਚਾਬੀ ਭਰ ਰਿਹਾ, ਉਹਦੀ ਹੁੰਦੀ ਕਿ ਨਹੀਂ ਹੁੰਦੀ? ਤੁਸੀਂ ਆਪ ਸਿਆਣੇ ਹੋ, ਜਿਹੜਾ ਅਫਸਰ ਨੂੰ ਚਿੱਠੀ ਕਰਤੀ ਸਰਕਾਰ ਨੇ, ਹੋਮ ਸੈਕਟਰੀ ਤਾਂ ਹੋਮ ਮਿਨਿਸਟਰ ਥੱਲੇ ਹੈ ਨਾ, ਹੋਮ ਮਿਨਿਸਟਰ ਕੌਣ, ਚੀਫ ਮਿਨਿਸਟਰ, 29/12 ਨੂੰ ਉਹਨਾਂ ਨੂੰ ਚਿੱਠੀ ਕਰਤੀ ਕਿ ਥੈਂਕ ਯੂ ਵੈਰੀ ਮੱਚ, ਤੁਹਾਡੀਆਂ ਸੇਵਾਵਾਂ ਦਾ ਧੰਨਵਾਦ ਜੋ ਤੁਸੀਂ ਰੈਂਡਰ ਕੀਤੀਆਂ ਨੇ।